ਸਾਹਿਬ ਜਾਂਦਾ ਜੁਝਾਰ ਸਿੰਘ। ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਦੂਜੇ ਪੁੱਤਰ ਸਨ। ਜੁਝਾਰ ਸਿੰਘ ਦਾ ਜਨਮ 9 ਅਪ੍ਰੈਲ 1691 ਨੂੰ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ। ਉਸਨੇ ਲਗਭਗ 4 to 5 ਦੀ ਉਮਰ ਵਿੱਚ ਧਾਰਮਿਕ ਗ੍ਰੰਥ ਸਿੱਖਣ ਦੇ ਨਾਲ ਹੀ ਲੜਾਈ ਦੇ ਹੁਨਰ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। 1699 ਵਿੱਚ ਜਦੋਂ ਉਹ 8 ਦਾ ਸੀ, ਉਸਨੇ ਖਾਲਸਾ ਦੀ ਸ਼ੁਰੂਆਤ ਦੇ ਸੰਸਕਾਰ ਵਿੱਚ ਪਵਿੱਤਰ ਅੰਮ੍ਰਿਤ ਪ੍ਰਾਪਤ ਕੀਤਾ, ਜਿਸਨੂੰ ਅੰਮ੍ਰਿਤ ਸੰਸਕਾਰ ਕਿਹਾ ਜਾਂਦਾ ਹੈ। ਜੁਝਾਰ ਸਿੰਘ ਆਪਣੇ 15 ਸਾਲ ਦੇ ਪੂਰੇ ਹੋਣ ਦੇ ਨੇੜੇ ਇੱਕ ਤਜਰਬੇਕਾਰ ਨੌਜਵਾਨ ਯੋਧਾ, ਮਜ਼ਬੂਤ ਅਤੇ ਨਿਡਰ ਸੀ। ਉਹ ਉਸ ਬੈਂਡ ਵਿੱਚੋਂ ਇੱਕ ਸੀ ਜਿਸਨੇ ਘੋੜੇ ਉੱਤੇ ਸਵਾਰ ਹੋ ਕੇ ਸਰਸਾ ਨਦੀ ਵਿੱਚੋਂ ਸਫਲਤਾਪੂਰਵਕ ਲੰਘਿਆ ਅਤੇ 6 December 1705 ਨੂੰ ਰਾਤ ਨੂੰ ਚਮਕੌਰ ਵੱਲ ਆਪਣਾ ਰਸਤਾ ਤਿਆਰ ਕੀਤਾ। ਉਹ ਆਪਣੇ ਭਰਾ ਅਜੀਤ ਸਿੰਘ ਜੀ ਨਾਲ ਚਮਕੌਰ ਦੀ ਦੂਜੀ ਜੰਗ ਵਿੱਚ ਸ਼ਹੀਦ ਹੋਏ ਸਨ। ਬਾਬਾ ਜੁਝਾਰ ਸਿੰਘ ਉਮਰ 14 ਸਾਲ, ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ਅਤੇ 3 ਹੋਰ ਸਿੰਘਾਂ ਸਮੇਤ ਸ਼ਹੀਦ ਹੋਏ।